ਗੁਆਂਢੀ ਨੇ ਗੁਆਂਢੀ ਦੇ ਕਤੂਰੇ ਦੀ ਲੱਤ ਤੋੜਨ ਦੇ ਲਗਾਏ ਦੋਸ਼। ਕਤੂਰੇ ਦੀ ਲੱਤ ਤੋੜਨ ਦਾ ਮਾਮਲਾ ਪਹੁੰਚਿਆ ਥਾਣੇ। ਸੰਸਥਾਵਾਂ ਹੋਈਆਂ ਇਕੱਠੀਆਂ। ਦੇਰ ਸ਼ਾਮ ਬਾਬਾ ਕਲੋਨੀ ਵਿੱਚ ਰਿਟਾਇਰਡ ਬੈਂਕ ਮੈਨੇਜਰ ਅਮਰਜੀਤ ਨੇ ਗੁਆਂਢੀ ਦੇ ਕਤੂਰੇ ਦੀ ਲੱਤ ਤੋੜਨ ਦੇ ਦੋਸ਼ ਲਗਾਏ ਹਨ। ਇਹਨਾਂ ਦਾ ਕਹਿਣਾ ਹੈ ਕਿ ਸਾਡੀ ਗਲੀ ਵਿੱਚ ਇੱਕ ਅਵਾਰਾ ਕੁੱਤਾ ਸੀ ਜੋ ਸਾਡੀ ਗਲੀ ਵਾਲੇ ਲੋਕ ਇਸ ਨੂੰ ਹਰ ਰੋਜ਼ ਰੋਟੀ ਪਾਉਂਦੇ ਸਨ ਤਾਂ ਇਹ ਕੁੱਤੀ ਸੂਣ ਵਾਲੀ ਸੀ ਤਾਂ ਇਹ ਸਾਡੇ ਘਰ ਆ ਕੇ ਰਹਿਣ ਲੱਗ ਗਈ ਅਤੇ ਉਸ ਦੇ 6 ਬੱਚੇ ਹੋਏ ਤਾਂ ਗਲੀ ਵਿੱਚ ਰਹਿ ਰਹੇ ਵਿਕਰਮ ਨਾਮ ਦੇ ਵਿਅਕਤੀ ਨੇ ਛੋਟੇ ਕਤੂਰੇ ਤੇ ਇਹ ਵਾਈਪਰਿਆਂ ਦੇ ਨਾਲ ਉਸਦੀ ਲੱਤ ਤੋੜ ਦਿੱਤੀ ਅਤੇ ਇਹ ਸਰਾਸਰ ਗਲਤ ਹੈ ਕਿਉਂਕਿ ਇਹ ਜਾਨਵਰਾਂ ਦਾ ਕੀ ਕਸੂਰ ਹੈ ਅਤੇ ਇਹ ਬੇਜ਼ੁਬਾਨ ਦੀ ਲੱਤ ਤੋੜ ਕੇ ਬਹੁਤ ਗਲਤ ਕੀਤਾ ਹੈ। ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ ਵਿਕਰਮ ਦਾ ਪੱਖ ਜਾਣਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਨਹੀਂ ਤੋੜੀ, ਅਗਰ ਮੈਂ ਤੋੜੀ ਹੈ ਤਾਂ ਮੇਰੇ 'ਤੇ ਕਾਰਵਾਈ ਹੋਵੇ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ। ਮੈਂ ਅਮਰਜੀਤ ਸਿੰਘ ਉੱਪਲ, ਰਿਟਾਇਰਡ ਬੈਂਕ ਮੈਨੇਜਰ, ਵਾਸੀ ਬਾਬਾ ਕਲੋਨੀ ਮੁਕਤਸਰ। ਉਹਦੇ ਵਿੱਚ ਅੱਜ ਸਵੇਰੇ ਸਾਡੇ ਘਰ ਦੇ ਸਾਹਮਣੇ ਵਿਕਰਮਜੀਤ ਸਿੰਘ ਬਰਾੜ, ਮਾਲਕ ਓਵਰਸੀਜ਼ ਆਈਲੈਟਸ ਸੈਂਟਰ ਕੇਅਰ ਸਿੰਘ ਮਾਰਕੀਟ ਦੇ ਮਾਲਕ ਨੇ ਗਲੀ ਦੇ 3 ਕਤੂਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਹਾਂਜੀ, ਮੇਰਾ ਨਾਮ ਅਨਮੋਲ ਹੈ ਜੀ, ਮੈਂ ਐਨੀਮਲ ਸੇਵਾ ਸੁਸਾਇਟੀ ਦਾ ਮੈਂਬਰ ਹਾਂ ਜੀ। ਘਟਨਾ ਇਹ ਹੈ ਜੀ, ਸਾਨੂੰ ਸੁਬਹਾ 7 ਵਜੇ ਫੋਨ ਆਇਆ ਸੀਗਾ, ਇੱਕ ਡੋਗ ਨੂੰ ਡੋਗ ਦੇ ਸੱਟ ਵਗੈਰਾ ਵੱਜੀ ਹੋਈ ਹੈ ਜੀ। ਜਦੋਂ ਅਸੀਂ ਉੱਥੇ ਜਾ ਕੇ ਵੇਖਿਆ ਤਾਂ ਡੋਗ ਕਾਫੀ ਗੰਭੀਰ ਹਾਲਤ ਦੇ ਵਿੱਚ ਸੀਗਾ, ਉਹਦੀ ਲੈਗ ਵਗੈਰਾ ਸਾਰੀ ਟੁੱਟੀ ਹੋਈ ਸੀਗੀ ਜੀ। ਅਤੇ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਇਹ ਕਿਹਨਾਂ ਨੇ ਕੀਤਾ ਜਾਂ ਕਿਵੇਂ ਆ, ਉਹ ਉੱਥੇ ਗਲੀ ਇਕੱਠਾ ਹੋਇਆ ਹੋਇਆ ਸੀ ਤਾਂ ਉਹ ਬੋਲ ਰਿਹਾ ਵੀ ਸਾਹਮਣੇ ਜੋ ਵਿਕਰਮਜੀਤ ਜੀ ਆ ਉਹਨਾਂ ਨੇ ਵੈਪਰਾਂ ਦੇ ਨਾਲ ਡੋਗ ਨੂੰ ਕੁੱਟਿਆ ਹੋਇਆ ਜੀ। ਤਾਂ ਫਿਰ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਇਹ ਕੀ ਦਿੱਕਤ ਆ ਜਾਂ ਕੀ ਆ, ਉਹ ਉਲਟਾ ਹੀ ਸਾਡੇ ਗੱਲ ਪੈ ਗਿਆ ਜੀ। ਸੋ ਅਸੀਂ ਇਹ ਮੰਗ ਕਰਦੇ ਹਾਂ, ਸਾਡੇ ਕੋਲ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਸਾਡੇ ਕੋਲ ਸਾਰੇ ਐਵੀਡੈਂਸ, ਸਾਰੇ ਪ੍ਰੂਫ ਵੀ ਹੈਗੇ ਆ, ਐਕਸਰਾ ਵਗੈਰਾ ਅਸੀਂ ਸਾਰਾ ਕਰਾਇਆ, ਡੋਗ ਦੀਆਂ ਪੱਟੀਆਂ ਵਗੈਰਾ ਵੀ ਕਰਾਈਆਂ। ਤੁਹਾਡਾ ਵਿਕਰਮਜੀਤ ਸਿੰਘ ਬਰਾੜ, ਵਿਕਰਮ ਜੀ ਤੁਹਾਡੇ ਤਾਂ ਦੋਸ਼ ਲੱਗ ਰਿਹਾ, ਤੁਸੀਂ ਕੁੱਤੇ ਨੂੰ ਕੁੱਟਿਆ, ਬੱਚੇ ਨੂੰ ਕੀ ਕਹਿਣਾ? ਬਾਈ ਜੀ, ਮੈਂ ਕਿਸੇ ਕੁੱਤੇ ਨੂੰ ਨਹੀਂ ਕੁੱਟਿਆ। ਆਂਢ ਗੁਆਂਢ ਤੋਂ ਤੁਸੀਂ ਪਤਾ ਕਰ ਲਓ, ਕੋਈ ਵੀ ਬੰਦਾ ਮੇਰੇ ਬਰਾੜ ਦਾ ਕਹਿ ਦੇ ਬਰਾੜ ਨੇ ਕੁੱਤੇ ਨੂੰ ਕੁੱਟਿਆ ਤਾਂ ਮੈਂ ਦੇਣਦਾਰ। ਪਰ ਮੈਂ ਜਦੋਂ ਇਹਦੀ ਇੰਸੀਡੈਂਟ ਹੋਇਆ ਸੀ ਮੈਂ ਘਰੇ ਹੀ, ਮਤਲਬ ਅੰਦਰ ਸੀਗਾ, ਮੈਨੂੰ ਤਾਂ ਪਤਾ ਹੀ ਨਹੀਂ ਵੀ ਕੁੱਤੇ ਨਾਲ ਕੀ ਕਹਾਣੀ ਵਾਪਰੀ। ਇਹ ਸਾਡੀ ਪੁਰਾਣੀ ਆਵੇਜ ਦੀ ਰੰਜਿਸ਼ ਆ, ਉਹ ਕੱਲ੍ਹ ਅਸੀਂ ਆਵੇ ਦੀ ਦੁੱਧ ਦੀ ਬਹਿਸ ਲੱਗ ਗਈ, ਉਹ ਪੁਰਾਣੀ ਖਿੜ ਕੱਢਦੇ ਆ ਨਾ। ਮੈਨੂੰ ਕੋਈ, ਮੈਂ ਹੁਣ ਪੁਲਿਸ ਕੋਲ ਵੀ ਇਹੀ ਗੱਲ ਹੋਈ ਆ ਕਿ ਪੁਲਿਸ ਨੂੰ ਮੈਂ ਆਖਿਆ ਵੀ ਤੁਸੀਂ ਇਕੱਲਾ ਜਾ ਕੇ ਇਨਕੁਆਇਰੀ ਕਰਕੇ ਆਓ, ਕੋਈ ਬੰਦਾ ਕਹਿ ਦੇ ਵੀ ਵਿਕਰਮਜੀਤ ਸਿੰਘ ਬਰਾੜ ਨੇ ਕੁੱਤੇ ਦੇ ਮਾਰਿਆ ਤਾਂ ਮੈਂ ਦੇਣਦਾਰ ਹਾਂ, ਠੀਕ ਆ। ਨਹੀਂ ਤਾਂ ਫਿਰ ਇਹਨਾਂ 'ਤੇ ਜਿੱਦ ਹਰਕਤ ਇਹਨਾਂ ਦੇ ਕਰੋ ਵੀ ਮੇਰੇ 'ਤੇ, ਮਤਲਬ ਮੈਂ ਬੀਇੰਗ ਏ PCS ਅਫਸਰ, ਮੈਂ ਜ਼ਿੰਦਗੀ 'ਚ ਸਤ ਨਾਮ ਕਮਾਇਆ ਸੀ, ਇਹਨਾਂ ਨੇ ਮੇਰੀ ਮਿੱਟੀ ਪਲੀਤ ਕਰੀ ਜਾਂਦੇ ਜੀ। ਸੋ ਇਹ ਮੇਰੀ ਹੈਗੀ ਕਹਾਣੀ, ਮੇਰੀ ਤੁਸੀਂ ਜੋ ਸੱਚ ਆ ਉਹ ਲਿਖੋ ਬਸ, ਪਰਮਾਤਮਾ ਤੁਹਾਨੂੰ ਇਸ ਵਕਤ ਮੈਂ ਫਿਰ ਮੰਨ ਲਓ ਵੀ ਮੈਂ ਕੋਈ ਗਲਤ ਨਹੀਂ ਕੀਤਾ, ਨਾ ਹੀ ਮੈਂ ਅੱਜ ਤੱਕ ਕੀਤਾ, ਨਾ ਹੀ ਮੈਂ ਕਰੂੰਗਾ।